ਤਾਂ ਦੋਸਤੋ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰਵਾਲ ਦੇ ਬਾਰੇ ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ ਕਈ ਸੁਪਰ ਡੂਪਰ ਹਿੱਟ ਫਿਲਮਾਂ ਗਿੱਪੀ ਦੇ ਵੱਲੋਂ ਬੈਕ ਟੂ ਬੈਕ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਗਈਆਂ ਨੇ ਹਰ ਕਿਰਦਾਰ ਗਿੱਪੀ ਦੇ ਵੱਲੋਂ ਬਾਕੂਬੀ ਨਿਭਾਇਆ ਜਾਂਦਾ ਫਿਰ ਚਾਹੇ ਉਹ ਰੋਮਾਂਸ ਹੋਵੇ ਕਾਮੇਡੀ ਹੋਵੇ ਤੇ ਜਾਂ ਫਿਰ ਐਕਸ਼ਨ ਹੋਵੇ ਤੁਹਾਨੂੰ ਦੱਸ ਦਿੰਦੇ ਆ ਕਿ ਸੁਪਰ ਡੂਪਰ ਹਿੱਟ ਫਿਲਮਾਂ ਦੇਣ ਤੋਂ ਬਾਅਦ ਹੁਣ ਗਿੱਪੀ ਗਰਵਾਲ ਆਪਣੀ ਪਹਿਲੀ ਵੈਬ ਸੀਰੀਜ਼ ਲੈ ਕੇ ਆ ਰਹੇ ਨੇ ਜਿਸ ਦਾ ਟਾਈਟਲ ਹੈ Outlaw ਇਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਾਫੀ ਜ਼ਿਆਦਾ ਵਿਊਜ਼ ਇਸ ਟ੍ਰੇਲਰ ਨੂੰ ਮਿਲ ਚੁੱਕੇ ਨੇ ਬਲਜੀਤ ਸਿੰਘ ਦਿਓ ਦੇ ਵੱਲੋਂ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ ਗਿੱਪੀ ਦੇ ਵੱਲੋਂ ਹੀ ਇਸ ਨੂੰ ਪ੍ਰੋਡਿਊਸ ਕੀਤਾ ਗਿਆ ਅਤੇ ਲਿਖਿਆ ਗਿਆ ਚੋਪਾਲ ਸਟੂਡੀਓਜ਼ ਦੇ ਨਾਲ 28 ਜੁਲਾਈ ਨੂੰ OTT ਪਲੇਟਫਾਰਮ ਚੋਪਾਲ ਤੇ ਇਸ ਨੂੰ ਰਿਲੀਜ਼ ਕੀਤਾ ਜਾਵੇਗਾ ਤੇ ਦਰਸ਼ਕਾਂ ਦੇ ਵੱਲੋਂ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਟ੍ਰੇਲਰ ਕਾਫੀ ਜ਼ਿਆਦਾ ਜ਼ਬਰਦਸਤ ਹੈ ਟ੍ਰੇਲਰ ਨੂੰ ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਪੂਰੀ ਵੈਬ ਸੀਰੀਜ਼ ਜੋ ਐਕਸ਼ਨ ਦੇ ਨਾਲ ਭਰਪੂਰ ਹੋਵੇਗੀ ਕਿਉਂਕਿ ਗਿੱਪੀ ਗਰੇਵਾਲ ਇਸ ਦੇ ਵਿੱਚ ਇੱਕ ਗੈਂਗਸਟਰ ਦੀ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸੇ ਦੇ ਨਾਲ ਖਾਸ ਗੱਲ ਇਹ ਹੈ ਕਿ ਇਸ ਟ੍ਰੇਲਰ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਪ੍ਰਿੰਸ ਕਨਵਲਜੀਤ ਅਤੇ ਯੋਗਰਾਜ ਸਿੰਘ ਵੀ ਨਜ਼ਰ ਆ ਰਹੇ ਨੇ ਇਹਨਾਂ ਤਿੰਨਾਂ ਦੀ ਜੋੜੀ ਕਾਫੀ ਬਾਕਮਾਲ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਪੂਰੀ ਵੈਬ ਸੀਰੀਜ਼ ਜੋ ਹੈ ਦਰਸ਼ਕਾਂ ਨੂੰ ਕਿੰਨੀ ਪਸੰਦ ਆਵੇਗੀ ਪ੍ਰਿੰਸ ਕਨਵਲਜੀਤ ਦਾ ਕਿਰਦਾਰ ਜੋ ਹੈ ਕਾਫੀ ਜ਼ਿਆਦਾ ਸਟਰੋਂਗ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਜੋ ਹੈ ਕ੍ਰਿਮੀਨਲ ਅਤੇ ਵਾਰਨਿੰਗ ਵਰਗੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਗਿਆ ਸੀ ਜਿਸ ਤੋਂ ਬਾਅਦ ਦਰਸ਼ਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਇਸ ਵੈਬ ਸੀਰੀਜ਼ ਦੇ ਵਿੱਚ ਵੀ ਗਿੱਪੀ ਦੇ ਨਾਲ ਪ੍ਰਿੰਸ ਕਨਵਲਜੀਤ ਖਾਸ ਤੌਰ ਤੇ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੋਵਾਂ ਦੀ ਜੋੜੀ ਇਸ ਪੂਰੀ ਵੈਬ ਸੀਰੀਜ਼ ਦੇ ਵਿੱਚ ਕੀ ਕਮਾਲ ਦਿਖਾਉਂਦੀ ਹੈ